ਘਟਨਾ ਕੀ ਤੁਹਾਡੇ ਨਾਲ ਵਾਪਰੀ ਹੈ? ਵਾਪਰੀ ਮੇਰਾ ਮੁੰਡਾ ਮੈਨੂੰ ਕੁੱਟਦਾ ਮਾਰਦਾ ਹੈ, ਪੈਸੇ ਮੰਗਦਾ ਹੈ। ਮੈਂ ਚਾਹਦਾ ਕੰਮ ਕਰਦੀ ਲੱਕੀ ਵਾਲੀ ਮੁੰਡੀ। ਕਿੰਨੇ ਸਾਲਾਂ ਤੋਂ ਕੰਮ ਕਰ ਰਹੇ? ਮੈਨੂੰ 23 ਸਾਲ ਹੋ ਗਏ ਵੈਸੇ ਕੰਮ ਕਰਦੀ, 8-9 ਸਾਲ ਹੋ ਗਏ ਚਾਹ ਦਾ ਕੰਮ ਕਰਦੀ। ਕੀ ਤੁਹਾਡੇ ਪਤੀ ਦੀ ਕੀ ਡੈਥ ਹੋਈ ਹੋਈ? ਹਾਂਜੀ, ਉਹਨਾਂ ਦੀ ਡੈਥ ਹੋਈ ਹੈ, ਲੈਟ ਨਾ ਲਾ ਕੇ ਮਰ ਗਏ ਸੀਗੇ। ਅਤੇ ਕਿੰਨੇ ਬੱਚੇ ਨੇ ਅਤੇ ਕਿਵੇਂ ਗੁਜ਼ਾਰਾ ਚਲਾ ਰਹੇ ਸੀਗੇ ਤੁਸੀਂ? ਮਿਹਨਤ ਕਰਦੇ ਆ। ਜਿਹੜੀ ਹੁਣ ਤੁਹਾਡੇ ਨਾਲ ਰਾਤ ਘਟਨਾ ਵਾਪਰੀ ਹੈ, ਇਹਦਾ ਕੀ ਕਾਰਨ ਹੋ ਗਿਆ? ਇਹਦਾ ਬਸ ਪੈਸੇ ਮੰਗਦਾ ਸੀ ਮੇਰੇ ਤੋਂ, ਆਖ ਦਿੰਦਾ ਸੀ ਮੈਨੂੰ ਉਹਦਾ ਪੈਸੇ ਦੇ। ਮੈਂ ਬਿਮਾਰ ਸੀ, ਦਵਾਈ ਲੈ ਕੇ ਆਈ ਸੀ। ਜੇ ਮੈਂ ਉਹਨੂੰ ਆਖਿਆ ਮੇਰੇ ਤੋਂ ਪੈਸੇ ਲੈਣੀ ਜਾਂ ਫੜ ਕੇ ਮੇਰੇ ਵਾਲ ਖਾਂਦ ਲਓ। ਇਹ ਸੱਕਾ ਤੁਹਾਡਾ ਬੇਟਾ ਹੈ? ਅੱਛਾ ਜੀ। ਪਹਿਲੇ ਕਦੇ ਤੁਸੀਂ ਕੋਈ ਪੁਲਿਸ ਨੂੰ ਕੋਈ ਸ਼ਿਕਾਇਤ ਦਿੱਤੀ ਵੀ ਇਸ ਤਰ੍ਹਾਂ ਤੁਹਾਡੇ ਨਾਲ ਘਟਨਾ ਵਾਪਰੀ? ਹਾਂਜੀ। ਕੀ ਇਹਦੇ ਇਹ ਸ਼ਾਦੀ ਸ਼ੁਦਾ ਜਾਂ? ਹਾਂਜੀ, ਸ਼ਾਦੀ ਸ਼ੁਦਾ, ਛੱਡ ਕੇ ਚਲੀ ਗਈ ਸੀ। ਕੁੜਦਾ ਮਾਲਦਾ ਸੀ। ਕਿਸ ਤਰ੍ਹਾਂ ਦਾ ਨਸ਼ਾ ਕਰਦਾ ਹੈ? ਕਿਸ ਤੁਹਾਨੂੰ ਕੋਈ ਪਤਾ ਹੀ ਨਹੀਂ ਉਹ ਕੀ ਕੁਛ ਸਿੱਖਦਾ ਹੈ। ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੁੰਦੇ ਹੋ? ਬਸ ਇਨਸਾਫ ਹੀ ਮੰਗਦੇ ਹਾਂ ਵੀ ਮੇਰੇ ਮੁੰਡੇ ਤੋਂ ਮੈਨੂੰ ਖਤਰਾ ਹੈ। ਕੀ ਕੋਈ ਨਸ਼ਾ ਛਡਾਓ ਕੇਂਦਰ ਵਿੱਚ ਉਹਨੂੰ ਭੇਜਿਆ ਜਾਵੇ? ਕੀ ਮੰਗ ਕਰਦੇ ਸਰਕਾਰ? ਸਰਕਾਰ ਆਹਦੇ ਹੁੰਦੇ ਜਿਹੜਾ ਕੁਛ ਕਰੋਗੇ ਠੀਕ ਹੈ, ਆਹਦੇ ਹੁੰਦੇ ਤਾਂ ਸਰਕਾਰ ਨੂੰ ਹੀ ਆਉਣੀ ਹੈ। ਸਤਪਾਲ ਸਿੰਘ ਪਿਤਾ ਦਾ ਕੀ ਨਾਮ ਹੈ? ਮੇਰਾ ਤਕਜਨ ਸਿੰਘ ਹੈ ਜੀ। ਜਿਹੜੀ ਤੁਹਾਡੇ ਰਿਸ਼ਤੇਦਾਰੀ 'ਚ ਬਜ਼ੁਰਗ ਮਾਤਾ ਨੇ, ਇਹਨਾਂ ਨਾਲ ਕੀ ਘਟਨਾ ਵਾਪਰੀ ਸੀ? ਇਹਨਾਂ ਨਾਲ ਘਟਨਾ ਇਹ ਵਾਪਰੀ, ਕੱਲ੍ਹ ਬਿਮਾਰ ਹੋਏ, ਦਵਾਈ ਚੱਲਦੀ ਨਹੀਂ ਬਠਿੰਡੇ ਦੇ। ਬਠਿੰਡੇ ਤੋਂ ਦਵਾਈ ਚੱਲਦੀ ਹੈ, ਦਵਾਈ ਲੈ ਕੇ ਵਿਚਾਰ ਚਾਹ ਦਾ ਕੰਮ ਕਰਦੇ ਆ। ਉਨੇ ਕੁ ਪੈਸੇ ਹੁੰਦੇ ਤੁਹਾਨੂੰ ਪਤਾ, ਚਾਹ ਦੇ ਕੋਲ ਕਿੰਨੇ ਕੁ ਪੈਸੇ ਹੁੰਦੇ ਕਿਤੇ। ਇਹ ਮੁੰਡਾ ਜਿਹੜਾ ਨਸ਼ੇੜੀ ਹੈ ਜੀ, ਕੀ ਨਾਮ ਹੁੰਦਾ? ਇਹਦਾ ਨਾਂ ਹੈਗਾ ਜੀ ਆਪਣਾ ਸ਼ਿੰਗੂ, ਸ਼ਿੰਗੂ ਕਹਿੰਦੇ ਜੀ। ਅਤੇ ਇਹ ਕਾਫੀ ਟਾਈਮ ਤੋਂ ਨਸ਼ਾ ਕਰ ਰਿਹਾ ਅਤੇ ਪਤਾ ਨਹੀਂ ਕੀ ਕਰਦਾ ਜੀ, ਸੁੰਨ ਜਾ ਰਹਿੰਦਾ ਅਤੇ ਰਾਤ ਤਾਂ ਇਹਨੇ ਕੁਛ ਵੀ ਨਹੀਂ ਸਮਾਨ ਛੱਡਿਆ, ਘਰ ਦਾ ਸਾਰਾ ਸਮਾਨ ਭੰਨਤਾ। ਨਾਲੇ ਜਦ ਜੁੰਡੇ ਪੱਟੇ ਗਏ, ਨਾਲੇ ਸਿਰ ਕੰਧ 'ਚ ਮਾਰੇ, ਨਾਲ ਡੰਡੇ ਮਾਰੇ ਸਿਰ 'ਚ ਵੇਖੇ ਤੁਸੀਂ, ਠੀਕ ਹੈ ਜੀ। ਅਤੇ ਇਸ ਕਰਕੇ ਬਹੁਤ ਜ਼ਿਆਦਾ ਕੁੱਟਿਆ ਜੀ। ਮੰਗ ਕੀ ਕਰਦੇ? ਮੰਗ ਅਸੀਂ ਇਹੀ ਕਰਦੇ ਜੀ ਸਰਕਾਰਾਂ ਤੋਂ ਵੀ ਜਿਹੜੇ ਨਸ਼ੇ ਆ, ਠੀਕ ਹੈ ਜੀ, ਜਿਹੜੇ ਮੁੰਡੇ ਕਰਦੇ ਅਤੇ ਕੰਮ ਉਠਾਏ ਜਾਣ, ਇਹਨਾਂ ਨੂੰ ਸਹੀ ਟਾਈਮ 'ਤੇ ਲਿਆਉਂਦਾ ਜਾਵੇ। ਇਹ ਜਿਹੀਆਂ ਵਿਚਾਰੀਆਂ ਮਾਵਾਂ ਜਿਹੜੀਆਂ ਨਾ ਕੁੱਟਮਾਰ ਖਾਣ, ਠੀਕ ਹੈ ਜੀ, ਨਾ ਕੁੱਟਮਾਰ ਹੋ ਵੀ ਨਾ ਦੇ। ਇਹਨਾਂ ਨੇ ਕੀ ਵੇਖਿਆ ਜੀ, 25 ਸਾਲ ਹੋ ਗਏ ਜਿਹੜੇ ਘਰ ਦੇ ਮੁੰਡੇ ਮੇਰੇ ਮਾਸਾ ਜੀ, ਠੀਕ ਹੈ ਜੀ, ਨਿੱਕੇ ਨਿੱਕੇ ਸੀਰ ਨਾਲ ਪਾਲਿਆ ਉਹਨਾਂ ਨੇ, ਪਾਲਿਆ ਤਾਂ ਹੁਣ ਇਹ ਕੁੱਟਦੇ। ਸਹਾਰਾ ਤਾਂ ਹੁਣ ਬਣਨਾ ਸੀ ਵੀ ਸਹਾਰਾ ਬਣਨਗੇ, ਪਰ ਸਹਾਰੇ ਦੇ ਵਿੱਚ ਅਜੇ ਤਾਂ ਕੁੱਟਦੇ ਜੀ, ਜੁੰਡੇ ਕੱਟਦੇ, ਬੁਰਾ ਹਾਲ ਹੈ। 20-30 ਦਿਨ ਰਾਤ ਸਾਰੇ ਘਰ ਨੂੰ ਅੱਗ ਲਾਤੀ ਜੀ, ਜਿਹੜੇ ਨੇ ਭਾਂਡੇ ਡੰਡੇ ਬਣਾਏ ਸੀ ਵਿਚਾਰੀ ਨੇ ਮਿਹਨਤ ਕਰਕੇ, ਉਹ ਸਾਰੇ ਭੰਨ ਦਿੱਤੇ ਗਏ। ਅੱਜ ਤੁਹਾਨੂੰ ਵੀਡੀਓ ਵੀ ਵਿਖਾਵਾਂਗੇ ਜੀ, ਜਿਹੜੀ ਵੀਡੀਓ ਵਿੱਚ ਸਾਰਾ ਕੁਛ ਭੰਨ। ਕੀ ਮੰਨਦੇ ਸਭ ਤੋਂ ਵੱਡੀ ਬਰਬਾਦੀ ਨਸ਼ਾ? ਸਭ ਤੋਂ ਵੱਡੀ ਹਾਂ, ਦੁਨੀਆ ਦੀ ਬਰਬਾਦੀ ਨਸ਼ਾ ਜੀ। ਸਰਕਾਰਾਂ ਤੋਂ ਕੀ ਮੰਗ ਕਰੋ? ਸਰਕਾਰ ਤੋਂ ਇਹੀ ਮੰਗ ਕਰਦੀ ਵਾਰ ਵਾਰ ਸਾਰੇ ਮਾਵਾਂ ਸਾਰੇ ਭੈਣ ਭਰਾਈ ਵੀ ਜਿਹੜੇ ਨਸ਼ਾ ਰੋਕਿਆ ਜਾਵੇ ਜੀ, ਹੱਥ ਜੋੜ ਕੇ ਬੇਨਤੀ ਹੈ ਵੀ ਨਸ਼ੇ 'ਤੇ ਨਕੇਲ ਪਾਈ ਜਾਵੇ, ਹੋਰ ਸਾਨੂੰ ਕੁਛ ਨਹੀਂ ਚਾਹੀਦਾ ਜੀ। ਜੇ ਕਰ ਸਕਦੇ ਤਾਂ ਇਕੱਲਾ ਨਸ਼ਾ ਰੋਕ ਦੇਣ, ਬਸ ਹੱਥ ਜੋੜ ਕੇ ਬੇਨਤੀ ਸਾਡੀ, ਇੰਨੀ ਪ੍ਰਵਾਨ ਕਰਨੀ। ਹਾਂਜੀ ਸਰ, ਦੀ ਵਿਧਵਾ ਔਰਤ ਮਨਜੀਤ ਕੌਰ ਸਰਕਾਰੀ ਹਸਪਤਾਲ ਦਾਖਲ ਹੈ ਜੀ, ਉਹ ਮਾਮਲਾ ਕੀ ਹੈ ਜੀ? ਮਨਜੀਤ ਕੌਰ ਜਿਹੜੀ ਹੈ ਚੱਕ ਜਾ ਨਹੀਂ ਸਕਦੀ ਹੈਗੀ ਹੈ, ਅਤੇ ਉਹਨਾਂ ਦੇ 2 ਬੇਟੇ ਹੈਗੇ ਆ, ਉਹਦੇ 'ਚ ਹੈਗਾ ਕਿ ਸ਼ਾਮੂ ਹੈਗਾ ਅਤੇ ਗੁਰਪ੍ਰੀਤ ਹੈਗੇ। ਜਿਹੜੇ ਸ਼ਾਮੂ ਹੈ ਜਿਹੜਾ ਨਸ਼ੇ ਨੁਸ਼ੇ ਕਰਨ ਦਾ ਆਦੀ ਹੈਗਾ, ਅਤੇ ਉਹ ਜਿਹੜੇ ਘਰੋਂ ਸਮਾਨ ਸਮੂਨ ਜਿਹਾ ਚੱਕ ਕੇ ਵੇਚ ਦਿੰਦੇ ਹੈਗੇ, ਅਤੇ ਉਹਦੀ ਮਾਤਾ ਨੇ ਕਿਤੇ ਰੋਕਿਆ ਸੀ ਉਹਨੂੰ, ਉਹ ਕਿਤੇ ਆਪਸ ਦੇ ਵਿੱਚ ਮਾਤਾ ਦੇ ਨਾਲ ਹੀ ਲੜ ਪਏ ਸੀ। ਮਾੜਾ ਜਿਹੜੀ ਸੀਗੀ ਉਹਦੇ ਸਿਵਲ ਹੋਸਪਿਟਲ ਜਿਹੜੀ ਹੈਗੀ ਉੱਥੇ ਐਡਮਿਟ ਹੋਈ ਸੀਗੀ, ਬਿਆਨ ਅਸੀਂ ਉਹਦਾ ਲਿਖ ਲਿਆ ਗਿਆ। ਅਤੇ ਜਿਹੜੇ ਮੁੰਡੇ ਦੋਨੋਂ ਅੱਜ ਆਪਣੇ ਘਰੋਂ ਹੀ ਭੱਜੇ ਹੋਏ ਨੇ, ਬੇਟੇ ਹੀ ਨੇ, ਫਿਰ ਵੀ ਅਸੀਂ ਉੱਥੇ ਫੋਰਸ ਲਾਈ ਹੋਈ ਹੈ, ਜਿਸ ਵੇਲੇ ਵੀ ਆਉਂਦਾ ਤਾਂ ਜੋ ਲੀਗਲ ਕਾਰਵਾਈ ਹੈ ਬਿਆਨ ਦੇ ਹਿਸਾਬ ਦੇ ਨਾਲ ਉਹਦੀ ਕੀਤੀ ਜਾਊਗੀ। ਸਰ ਉਹਦੇ ਵੱਲੋਂ ਸਾਰੇ ਘਰ ਦੀ ਸਮਾਨ ਦੀ ਵੀ ਭੰਨ ਤੋੜ ਕੀਤੀ ਗਈ ਹੈ ਜੀ? ਹਾਂਜੀ, ਉਹਦੀ ਘਰ ਵਿੱਚ ਭੰਨ ਤੋੜ ਹੋਈ ਹੈ, ਬਸ ਉਹੀ ਹੈ ਵੀ ਦੋਨੋਂ ਮੁੰਡੇ ਜਿਹੜੇ ਹੈਗੇ ਭੱਜੇ ਹੋਏ ਹੈਗੇ, ਕਿਉਂਕਿ ਨਸ਼ਾ ਕਰਦੇ ਨੇ, 2-2, 4-4 ਜਾਂ 5-5-7 ਦਿਨ ਉਹ ਆਉਂਦੇ ਹੀ ਨਹੀਂ ਜੀ। ਫਿਰ ਵੀ ਉਹਦੇ ਅਸੀਂ ਜਿਹੜੇ ਪੈਟਰੋਲਿੰਗ ਪਾਰਟੀ ਉੱਥੇ ਲਾਈ ਹੋਈ ਹੈ, ਜਿਸ ਵੇਲੇ ਵੀ ਆਉਣਗੇ ਤਾਂ ਜੋ ਲੀਗਲ ਕਾਰਵਾਈ ਜਿਸ ਹਿਸਾਬ ਨਾਲ ਬਿਆਨ ਲਿਖਾਇਆ ਗਿਆ ਮਾਤਾ ਨੇ, ਤਾਂ ਉਸ ਹਿਸਾਬ ਨਾਲ ਉਹਦੀ ਕਾਰਵਾਈ। ਮਾਤਾ ਕਹਿੰਦੀ ਮੇਰੀ ਜਾਨ ਨੂੰ ਖਤਰਾ ਜੀ ਇਹਨਾਂ ਤੋਂ, ਨਹੀਂ ਉਹ ਲੀਗਲ ਕਾਰਵਾਈ ਜ਼ਰੂਰ ਕੀਤੀ ਜਾਏਗੀ ਜੀ, ਹੋਰ ਨਹੀਂ ਹੋਏਗਾ ਤਾਂ ਜਿਹੜਾ ਰੋਕੂ ਕਾਰਵਾਈ ਹੋਏਗੀ ਉਹ ਅਸੀਂ ਜ਼ਰੂਰ ਕਰਾਂਗੇ ਜੀ, ਵੀ ਅੱਗੇ ਤੋਂ ਉਹਨਾਂ ਨੂੰ ਇਹ ਸੇਫ ਰਹੇ ਵੀ ਹਾਂ ਵੀ ਮੈਂ ਇੱਥੇ ਸੇਫ ਹੈ ਜੀ।